परमजीत सिंह सरना ने जत्थेदार अकाल तख्त को दिया ज्ञापन। दिल्ली सिख गुरुद्वारा मैनेजमेंट कमेटी के पूर्व प्रधान परमजीत सिंह सरना और उनके भाई आज सचखंड श्री हरिमंदर साहिब नतमस्तक होने के लिए पहुंचे। वहीं उन्होंने सिखों की सर्वोच्च अदालत श्री अकाल तख्त साहिब पर भी एक ज्ञापन जत्थेदार श्री अकाल तख्त साहिब को दिया और वह चाहते हैं कि जत्थेदार अकाल तख्त इस पर कार्यवाही जरूर करें। ਹਰਵਿੰਦਰਪਾਲ ਸਿੰਘ ਜੀ ਸਰਨਾ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇ ਕੇ ਗਏ ਹਨ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾ ਕੇ ਉਸ ਦੇ ਉੱਤੇ ਵਿਚਾਰ ਕਰਕੇ ਜੋ ਵੀ ਪੰਜ ਸਿੰਘ ਸਾਹਿਬਾਨਾਂ ਦਾ ਫੈਸਲਾ ਹੋਵੇਗਾ ਉਹਦੇ ਅਨੁਸਾਰ ਅੱਗੇ ਅਸੀਂ ਕਾਰਵਾਈ ਕਰਾਂਗੇ। ਦੇਖੋ ਜੀ, ਅੱਜ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਪੱਤਰ ਦਿੱਤਾ, ਆਪਣਾ ਮੰਗ ਪੱਤਰ ਅਸੀਂ ਨਹੀਂ ਕਰ ਸਕਦੇ ਕਿਉਂਕਿ ਜਥੇਦਾਰ ਸਭਾ ਨੂੰ ਬੇਨਤੀ ਕੀਤੀ ਜਾਂਦੀ ਹੈ। ਉਹ ਹੈਗਾ ਕਿ 550ਵਾਂ ਪ੍ਰਕਾਸ਼ ਉਤਸਵ 2019 ਦੇ ਵਿੱਚ ਸੰਸਾਰ ਭਰ ਦੇ ਸਿੱਖ ਮਨਾ ਰਿਹਾ ਔਰ ਉਸਦੇ ਲਈ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਵੀ ਸ਼ਖਸੀਅਤਾਂ ਨੂੰ ਪੰਥ ਤੋਂ ਛੇਕਿਆ ਗਿਆ ਹੈਗਾ ਉਹਨਾਂ ਸਾਰਿਆਂ ਸ਼ਖਸੀਅਤਾਂ ਨੂੰ ਪੰਥ ਦੇ ਵਿੱਚ ਵਾਪਸ ਲਿਆਉਣਾ ਚਾਹੀਦਾ ਹੈ, ਧਾਰਮਿਕ ਸ਼ਖਸੀਅਤਾਂ ਨੂੰ, ਔਰ ਉਹਨਾਂ 'ਤੇ ਕੋਈ ਸ਼ਰਤ ਵੀ ਨਹੀਂ ਲਾਉਣੀ ਚਾਹੀਦੀ। ਉਹਨਾਂ ਨੂੰ ਆ ਕੇ ਉਹ ਦਰਬਾਰ ਸਾਹਿਬ ਆਪਣੀ ਮਰਜ਼ੀ ਅਨੁਸਾਰ ਜਦ ਵੀ ਆਉਣ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਅਤੇ ਉਹ ਉਹਨਾਂ ਦੀ ਪੁਰ ਬਖਸ਼ਣੀ ਚਾਹੀਦੀ ਸਮਝ। ਉਹਨਾਂ ਨੂੰ ਪੰਚ ਵਾਪਸੀ ਸਮਣਾ ਚਾਹੀਦਾ। ਦੇਖੋ ਗੱਲ ਹੈਗੀ ਕਿ ਇੱਕ ਵਾਰ ਸਾਨੂੰ ਇਹ ਸ਼ਿਕਾਇਤ ਮਿਲੀ ਸੀ ਬ੍ਰਾਜ਼ੀਲ ਤੋਂ। ਸਰਦਾਰ ਪਤਵੰਤ ਸਿੰਘ ਬਹੁਤ ਵਧੀਆ ਰਾਈਟਰ ਹੋਏ ਹਨ ਸਿੱਖ ਕੌਮ ਦੇ ਵਿੱਚ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਿੱਖ ਕੌਮ ਦੇ ਬਾਰੇ ਸਾਨੂੰ ਇੱਕ ਤੁਸੀਂ ਛੋਟੀ ਜਿਹੀ ਕਿਤਾਬ ਲਿਖ ਕੇ ਦੇ ਦਿਓ। ਉਹ ਅੱਜ ਵੀ ਕਿਤਾਬ ਜਿਹੜੀ ਹੈ ਦਿੱਲੀ ਕਮੇਟੀ 'ਚ ਪਈ ਹੋਈ ਹੈ। ਸਾਨੂੰ ਉਹ ਜਿਹੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਸਾਹਿਬ ਪਤਵੰਤ ਸਿੰਘ ਦੀਆਂ ਜਿਹੜੀਆਂ ਲਿਖੀਆਂ ਕਿਤਾਬਾਂ ਹਨ ਉਹਨਾਂ ਦੇ ਹਰ ਜਰਮਨ ਭਾਸ਼ਾ, ਫਰੈਂਚ ਵਿੱਚ, ਸਪੈਨਿਸ਼ ਵਿੱਚ, ਹਰ ਭਾਸ਼ਾ 'ਚ ਤਬਦੀਲ ਕਰਕੇ ਉਹਨਾਂ ਨੂੰ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਉਹਨਾਂ ਨੂੰ ਵੜਨੀ ਚਾਹੀਦੀ ਹੈ ਤਾਂ ਕਿ ਸਿੱਖ ਕੌਮ ਬਾਰੇ ਸਾਰਿਆਂ ਨੂੰ ਪਤਾ ਕਰ ਸਕੇ। ਬਾਕੀ ਮੈਂ ਇਹ ਵੀ ਸਮਝਦਾ ਵੀ ਅੱਜ ਇਹ ਕੋਈ ਕਿ ਸਿੱਖਾਂ ਨੂੰ ਨਹੀਂ ਜਾਣਦਾ ਮੈਂ ਮੰਨਦਾ ਨਹੀਂ ਹਾਂ। ਇਹ ਸਿੱਖਾਂ ਦੀ ਖੁਸ਼ਹਾਲੀ ਤੋਂ ਤੰਗ ਆ ਕੇ ਲੋਕਲ ਬੰਦੇ ਉਹਨਾਂ 'ਤੇ ਅਟੈਕ ਕਰ ਦੇਣ ਵੀ ਇਹ ਤਾਂ ਬੜੇ ਤਕੜੇ ਹੋ ਜਾਂਦੇ ਸੀ ਉੱਥੇ ਉੱਤੇ ਹੀ ਬੈਠੇ ਹੋਏ ਹਾਂ। ਮੈਨੂੰ ਕੀ ਦੇਖਣਾ ਜੀ, ਮੇਰਾ ਉੱਥੇ ਜਿਹਦੀ ਮਰਜ਼ੀ ਸਰਕਾਰ ਹੋਵੇ ਮੇਰਾ ਕੋਈ ਲੈਣਾ ਦੇਣਾ ਨਹੀਂ। ਸਾਡਾ ਕੰਮ ਇਹ ਸੇਵਾ ਕਰਨਾ, ਅਸੀਂ ਕਰਕੇ ਆ ਰਿਹਾ। ਇਹਦਾ ਜਵਾਬ ਤਾਂ ਸੁਸ਼ਮਾ ਸਵਰਾਜ ਦੇਗੀ, ਮੈਂ ਕੋਈ ਫਾਰਨ ਮਿਨਿਸਟਰ ਥੋੜ੍ਹੀ ਹਾਂ।